ਕਰਨਾ ਜਿਹੜਾ ਬਈ ਨਾ ਤੋਂ ਰੇਟ ਕਿਦਾਂ ਇਹਨਾਂ ਚੀਜ਼ਾਂ ਦੇ ਹੱਲ ਵਗੈਰਾ ਦੇ ਤੇ ਯਾਰ ਇਹ ਵਾਲਾ ਥਰਮਾਸ ਤੇ ਇਹ ਵਾਲੇ 12 ਗਲਾਸ ਕਿਦਾਂ ਅਸਲਾਮ ਅਲੈਕੁਮ ਮੈਂ ਤੁਹਾਡਾ ਸਰ ਮੁਜਾਹਿਦ ਬੁਖਾਰੀ ਸੁਰਤ ਦੇ ਯੂਟਿਊਬ ਚੈਨਲ ਭਵਲਪੁਰ ਉਮੀਦ ਕਰਨ ਦੇ ਖਰਖਰ ਤੋਂ ਅਲਹਮਦੁਲਿਲਾ ਨਵੀਂ ਸਵੇਰ ਆਲਰੇਡੀ ਤਿਆਰੀ ਓਕੇ ਲੱਗ ਰਿਹਾ ਦੋਸਤੋ ਖੈਰ ਅੱਜ ਮਫਲ ਸ਼ਫਲ ਪਈ ਖੜਾ ਇਦਾਂ ਤੇ ਹੁਣ ਤਾਂ ਸਰਦਿਆਂ ਵੇਲੇ ਬੰਦੇ ਸਰਦਿਆਂ ਦੇ ਮਫਲ ਪਈ ਖੜੇ ਲੇਕਿਨ ਯਾਰ ਕਿਆ ਕਰੋ ਪਾਉਣਾ ਪੈ ਗਿਆ ਵੱਲ ਕਿਉਂਕਿ ਰਾਤ ਤੱਕ ਪਤਾ ਨਾ ਯਾਰ ਕੱਲ੍ਹ ਤਬੀਅਤ ਥੋੜ੍ਹਾ ਡਾਊਨ ਥੀ ਗਈ ਨਜ਼ਲਾ ਹਲਕਾ ਹਲਕਾ ਬੁਖਾਰ ਅਤੇ ਲੇਕਿਨ ਮੈਂ ਕਿਹਾ ਥੋੜ੍ਹਾ ਮਫਲ ਪਾ ਗਿਆ ਯਾਰ ਕਿਉਂਕਿ ਮੋਟਰਸਾਈਕਲ ਕੱਢੇ ਦੇ ਪਏ ਆਲਰੇਡੀ ਤਿਆਰੀ ਕਿਤੇ ਖੜੇ ਅਤੇ ਲੇਕਿਨ ਵੱਲ ਥੋੜ੍ਹਾ ਹਵਾ ਲੱਗਦੀ ਠੰਡੀ ਮੈਂ ਕਿਹਾ ਥੋੜ੍ਹਾ ਜਿਹਾ ਯਾਰ ਆਪਾਂ ਸੇਫ ਰੱਖੂੰ ਅਤੇ ਤਬੀਅਤ ਜ਼ਿਆਦਾ ਨਾ ਡਾਊਨ ਥੀ ਹੋ ਜਾਏ ਲੇਕਿਨ ਮੋਟਰਸਾਈਕਲ ਕਿਹੜਾ ਪਕੜੇ ਦੇ ਪਏ ਮੋਟਰਸਾਈਕਲ ਦੇ ਪਏ ਚਾਬੀ ਦੇ ਪਏ ਚਾਬੀ ਦੇਖੋ ਖਾਲੀ ਤੋਂ ਬਾਅਦ ਚਾਬੀ ਡਿਟੀ ਕਰੋ ਮੋਟਰਸਾਈਕਲ ਡਿਟੀ ਕਰੋ ਮੋਟਰਸਾਈਕਲ ਕਿਹੜਾ ਹੈ 125 ਕਮਾਲ ਓਕੇ ਗੇਟ ਵੀ ਖੋਲ੍ਹਣਾ ਯਾਰ ਗੇਟ ਹੀ ਕਹਿੰਦੀ ਖੋਲ੍ਹਿਆ ਅਲਹਮਦੁਲਿਲਾ ਆਪਾਂ ਕਿਹੜੇ ਜੁਲਦੇ ਪਏ ਪਹਿਲੇ ਆਪਾਂ ਜੁਲਦੇ ਪਏ ਪਹਿਲੇ ਪਹਿਲੇ ਦਫ਼ਤਰ ਕਹਿੰਦੇ ਜੁਲਦੇ ਪਏ ਆਪਾਂ ਡਰੈਕਟ ਕੰਮ ਦੇ ਜੁਲਦੇ ਪਏ ਕੰਮ ਜਿਵੇਂ ਲੱਗ ਗਿਆ ਡਰੈਕਟ ਬਾਹਰੋਂ ਬਾਹਰ ਬਿਸਮਿਲ੍ਲਾਹਿ ਰਹਿਮਾਨ ਰਹੀਮ ਆਪਾਂ ਡਰੈਕਟ ਡਰੈਕਟ ਚਲਸੂ ਕਿਤੇ ਚਲਸੂ ਖੰਭ ਹੈ ਜੋ ਆਪਣੀ ਫਾਰਚੂਨਰ ਵੀ ਖੜੀ ਹੈ ਫਾਰਚੂਨਰ ਆਪਣੀ ਫਾਰਚੂਨਰ ਹੈ ਆਪਾਂ ਦੱਸਿਆ ਨਾ ਮੋਟਰਸਾਈਕਲ ਬਾਹਰੋਂ ਕੱਢ ਗਏ ਨਾ ਦੱਸਿਆ ਨਾ ਵੀ ਆਪਾਂ ਕਿਲੇ ਜੁਲਦੇ ਥੋੜ੍ਹਾ ਮੋਟਰਸਾਈਕਲ ਪੈਰ ਕੱਢ ਲਓ ਆਰਾਮ ਨਾਲ ਰਹੀ ਆਰਾਮ ਨਾਲ ਆਰਾਮ ਨਾਲ ਗੁੱਡ 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 ਠੀਕ ਹੈ ਓਕੇ ਓਕੇ ਮੋਟਰਸਾਈਕਲ ਆ ਗਿਆ ਬੈਰ ਹੋਣਾ ਗੇਟ ਹੀ ਬੰਦ ਕਰ ਗਏ ਨੂੰ ਗੇਟ ਹੀ ਬੰਦ ਕਰਨਾ ਪਸੀਨਾ ਯਾਰ ਆ ਮਦਨੀ ਬੁਖਾਰੇ ਮਦਨੀ ਬੁਖਾਰੀ ਵੱਲ ਆਇਆ ਖੜੇ ਪਰੋਂ ਘਰ ਦੇ ਬਾਹਰ ਧੁੱਪ ਲਵੇ ਨਾ ਖੜੇ ਸਾਹਮਣੇ ਇਹ ਗੇਟ ਵੀ ਬੰਦ ਹੋ ਗਿਆ ਇਤਨੀ ਆਵਾਜ਼ ਦਿੰਦਾ ਚਿਪ ਤੋਂ ਗੇਟ ਖਾਇਰ ਹੋਏ ਦੂਸਰਾ ਤੇਲ ਵਗੈਰਾ ਦੇਣੇ ਵੱਲ ਸਹੀ ਥੀ ਸੀ ਨਾ ਵੱਲ ਇਤਨਾ ਜ਼ੋਰ ਕੇ ਕਰਨਾ ਗਏ ਸੀ ਸਹੀ ਬੰਦੀ ਸੀ ਲੈ ਕੇ ਨਾ ਆਪਾਂ ਚੱਲ ਫੈਮਲੀ ਦੀ ਵੀਡੀਓ ਸ਼ੁਰੂ ਕਰਨਾ ਜਲਦੀ ਜਲਦੀ ਸਬਸਕ੍ਰਾਈਬ ਕਰੋ ਵੀਡੀਓ ਸ਼ੁਰੂ ਅਤੇ ਆਪਾਂ ਚੱਲਦੇ ਪਏ ਭਾਵਲਪੁਰ ਈਦਗਾਹ ਚੌਕ ਉੱਥਾਂ ਬੰਦਾ ਪਹਿਲੇ ਕਾਇਆ ਖੜੇ ਉੱਥਾਂ ਸਮਾਨ ਵਗੈਰਾ ਗਿੰਦਾ ਪਿਆ ਆਪਾਂ ਸਹੀ ਜਲਦੀ ਪਿਆ ਸਮਾਨ ਕਿਵੇਂ ਨੇ ਫਾਈਨਲੀ ਆਪਾਂ ਪਹੁੰਚ ਚੁੱਕੇ ਹਾਂ ਭਾਵਲਪੁਰ ਈਦਗਾਹ ਚੌਕ ਦਾ ਪਤਾ ਲੱਗਾ ਇਹ ਬੰਦਾ ਸਾਹਮਣੇ ਗਿਰਗਾਂ ਬਾਜ਼ਾਰ ਦਾ ਮੇਨ ਗੇਟ ਤੋਂ ਨਜ਼ਰ ਆ ਪਿਆ ਸੀ ਅਤੇ ਲੈਣਾ ਆਪਾਂ ਇੱਥੇ ਕਿਉਂ ਆਇਆ ਕੁੱਤਾ ਕੰਮ ਗਿਆ ਆਪਾਂ ਇੱਥੇ ਆਇਆ ਸਮਾਨ ਵਗੈਰਾ ਕਿਹਾ ਜਿਹੜਾ ਆਪਾਂ ਗਿਣਾ ਪੈਂਪ ਪਾਣੀ ਲੈਣਾ ਅਤੇ ਠੀਕ ਗੱਲ ਆਪਾਂ ਇੱਥੇ ਆਇਆ ਖੜੇ ਸਾਹਮਣੇ ਜਦੋਂ ਪਏ ਪੈਂਪ ਪੈਂਦੇ ਕੇ ਵਾਲਾ ਪਏ ਇਹ ਰਹੀ ਪਏ ਗੈਸ ਵਾਲਾ ਮਤਲਬ ਕੋਈ ਜਿਹਦੇ ਗੈਸ ਚੱਲਦੇ ਚੁੱਲ੍ਹੇ ਵਾਲਾ ਗੈਸ ਨਹੀਂ ਹੁੰਦੇ ਲੱਗਦੇ ਅੱਛਾ ਲੱਗੇ ਵੀ ਲੇਕਿਨ ਇਹ ਜਿਹੜਾ ਪਏ ਪਾਣੀ ਵਾਲਾ ਜਿਹੜੇ ਪਏ ਸਾਹਮਣੇ ਆਪਾਂ ਪਾਣੀ ਵਾਲੇ ਪੂਰੇ ਬੰਡਲ ਗਿਣਨ ਇੱਕ ਦੇ ਦੋ ਦੋ ਬੰਡਲ ਗਿਣਨ ਆਪਾਂ ਇਹ ਕੰਮ ਵੀ ਇਹ ਪਿਆ ਇਹ ਵੀ ਕਰਨੇ ਆਪਾਂ ਇਹ ਵੀ ਗਿਣਨੇ ਅਤੇ ਲੇਕਿਨ ਇਹ ਗਿਣਾ ਕਿਉਂ ਖੁਦ ਖੈਨ ਕਿਤੇ ਥੇ ਯਾਰ ਇਹ ਗਿਣਦੇ ਗੱਡੀ ਵੀ ਰੱਖੜੀ ਤੇ ਬੰਦਾ ਪਿਆ ਫੇਜ ਰਾਡੂ ਜਾਇਆ ਖੜੇ ਤਾਂ ਮੈਂ ਦੱਸਣ ਵੀ ਬੰਦਾ ਮੇਰਾ ਪਹੁੰਚਾ ਖੜੇ ਤਾਂ ਜਾਓ ਤੇ ਉਹ ਬਸ ਉਹਨਾਂ ਗਿਣ ਵੀ ਕਿਤੇ ਮੈਂ ਸਮਝਾਓ ਅਤੇ ਲੇਕਿਨ ਆਪਾਂ ਹੁਣ ਜੁਲਦੇ ਪਏ ਇਹ ਕੰਮ ਫਾਈਨਲ ਇਹ ਕਰਨਾ ਹੀ ਅਤੇ ਲੇਕਿਨ ਹੁਣ ਆਪਾਂ ਜੁਲਦੇ ਪਏ ਜਿੱਥੋਂ ਹੱਲ ਵਗੈਰਾ ਮਿਲ ਜਾਂਦਾ ਹੱਲ ਇਹ ਹੱਲ ਵਗੈਰਾ ਫੱਟਾ ਵਗੈਰਾ ਇਹ ਗੱਡੀਆਂ ਵਾਲੇ ਟਰੈਕਟਰ ਵਾਲੇ ਜਿਹੜੇ ਹੱਲ ਜ਼ਮੀਨਾਂ ਬਈ ਨੇ ਉਹ ਵਾਲੇ ਮੇਰਾ ਜਿਹੜਾ ਦੇਸੀ ਵਿਰਾਸ ਟਰੈਕਟਰ ਉਹਦਾ ਸਮਝ ਗਏ ਸਨ ਜਿਹਨਾਂ ਨੂੰ ਪਤਾ ਗਿਆ ਨਹੀਂ ਚਲੋ ਉਹਨਾਂ ਨੂੰ ਵਾਅਦੇ ਕਰਕੇ ਦੱਸ ਦੇਵਾਂ ਜਿਹੜੇ ਪਿਆ ਹੁਸ਼ਿਆਰ ਵਾਲਾ ਕੋਈ ਕੋਈ ਲੋਕ ਕਹਿੰਦੇ ਜੋ ਪਤਾ ਨਹੀਂ ਹੱਲ ਕਿਆ ਆ ਸਹਿ ਕੇ ਬਲੇ ਹੱਲ ਸਜਦਾ ਕਰੇ ਆਪਣਾ ਹੱਲਾਂ ਦੇ ਵੀ ਨਾ ਰਾਜਾ ਹੱਲ ਦੇ ਫਾਲਾ ਦੇ ਉਹ ਢੇਰ ਮੁਖਤਲਿਫ ਨੇ ਉਹ ਜਿਹਨਾਂ ਉਹਨਾਂ ਦਾ ਰੇਟ ਵਗੈਰਾ ਗਿਣਨਾ ਉਹ ਵੀ ਗਿਣਨ ਅਤੇ ਉਹਨਾਂ ਦਾ ਰੇਟ ਵਗੈਰਾ ਗਿਣਨੇ ਉਹ ਮੇਰੇ ਕੋਲ ਮੋਬਾਈਲ ਦੇ ਵਿੱਚ ਤਸਵੀਰ ਹੈ ਭਾਈ ਅਤੇ ਹੁਣ ਨਾਲ ਦੁਕਾਨ ਉਹ ਵੀ ਬਸ ਇੱਥੋਂ ਬਾਅਦ ਦੁਕਾਨ ਦੇ ਪਹੁੰਚ ਜਾਣਾ ਉਹਨੇ ਮੋਟਰਸਾਈਕਲ ਕੇਕ ਮਰੇ ਤੁਹਾਨੂੰ ਦੁਕਾਨ ਤੇ ਪਹੁੰਚ ਜਾਵੇ ਪਹਿਲੇ ਆਪਾਂ ਪਹੁੰਚ ਚੁੱਕੇ ਹਾਂ ਹੱਲਾਂ ਵਾਲੀ ਦੁਕਾਨ ਤੋਂ ਮੈਂ ਕਹਿੰਦਾ ਕੇਕ ਮਰੇ ਦੇ ਪੈਂਦੇ ਬਸ ਭਾਈ ਪਹੁੰਚਦੇ ਪੈਂਦੇ ਹੱਲ ਵਗੈਰਾ ਤਾਂ ਉੱਠੀ ਖੇਨੇ ਪੱਟਾ ਵਗੈਰਾ ਵੀ ਪੈਣ ਹੱਲ ਵਗੈਰਾ ਵੀ ਪੈਣ ਰੋਟੀ ਵੈਟਰ ਵੀ ਪੈਣ ਅਤੇ ਅਸਾਂ ਆਪ ਵੀ ਤਸਵੀਰਾਂ ਵਗੈਰਾ ਬਣਾ ਕੇ ਦਨ ਅਤੇ ਲੇਕਿਨ ਰੇਟ ਵਗੈਰਾ ਵੀ ਪੁੱਛ ਗਏ ਤੇ ਲੇਕਿਨ ਤੁਹਾਨੂੰ ਵੀ ਥੋੜ੍ਹਾ ਵੀਜ਼ਰ ਕਰਾ ਲੈਣਾ ਸਾਹਮਣੇ ਇਹ ਕੁਛ ਲੈਣਾ ਫੱਟਾ ਸਰਾਇ ਕੀ ਬਿਲਦਾ ਸਰੇ ਨੇ ਇਹਨਾਂ ਜ਼ਮੀਨ ਹੈ ਜਲੇ ਫੱਟਾ ਮਾਰਨਾ ਉਹਨਾਂ ਜ਼ਮੀਨ ਕੋ ਬਰਾਬਰ ਲੈਵਲ ਕਰਨਾ ਹੋਵੇ ਇਹ ਫੱਟਾ ਗੱਡੀ ਦੇ ਪਿੱਛੇ ਲਾ ਦੇਣਾ ਵਾਲੀ ਇੱਕ ਫੱਟਾ ਦਿੰਦੇ ਪਏ ਫੱਟਾ ਨਾ ਹੀਂਦਾ ਪਿਆ ਤੁਹਾਡੇ ਸਿਰ ਦਾ ਕਰਾਮ ਸਰਾਇ ਕੀ ਬੋਲੀਏ ਇਹ ਪੈਨ ਹੱਲ ਸਾਹਮਣੇ ਦੇ ਪਏ ਹੱਲ ਹੀ ਕੁਛ ਲੈਣਾ ਅਸਾਂ ਸਰਾਇ ਕੀ ਬੋਲੀਏ ਹੱਲ ਅਤੇ ਲੇਕਿਨ ਉਹ ਪਰ ਉਪਰ ਰੋਟੀ ਵੈਟਰ ਸਰਾਇ ਕੀ ਬੋਲੀਏ ਇਹਦੇ ਪਏ ਇਹ ਰੋਟੀ ਵੈਟਰ ਪਰ ਉਹ ਸਾਹਮਣੇ ਟੋਕੇ ਵਾਲੀ ਮਸ਼ੀਨ ਖੜੀ ਹੋਈ ਲੇਕਿਨ ਆਪਾਂ ਇਹਦਾ ਰੇਟ ਵੀ ਗਿਣ ਕੀਤੇ ਅਤੇ ਲੇਕਿਨ ਬੀ ਆ ਇੱਕ ਗਿਣੇ ਉਹ ਇਹਨਾਂ ਕੋਲ ਇਹ ਕਹਿਣਾ ਆਪਣੇ ਕੋਲ ਆਈਟਮ ਬੀ ਆ ਇੱਕ ਆਈਟਮ ਗਿਣਨਾ ਬਹੁਤ ਉੜੀ ਕਹਿਣਾ ਚਲੋ ਆਪਾਂ ਇਹ ਚੀਜ਼ ਗਿਣੀ ਹੈ ਇਹਦਾ ਰੇਟ ਗਿਣ ਕੀਤੇ ਸੇ ਆਪਾਂ ਨਾ ਇਹ ਗਿਣੇ ਹੱਲ ਇਹਦੇ 13 ਫਲ ਬਣਾ ਵੀ ਦੱਸਦੀ ਹੈ ਇਹਦਾ ਰੇਟ ਵੀ ਗਿਣ ਕੀਤੇ ਰੇਟ ਵੀ ਬਹੁਤ ਹੈਵੀ ਹੈ ਇਹਦਾ ਹੁਣ ਆਪਾਂ ਜਿੱਦਾਂ ਫਿਰ ਬਈ ਦੁਕਾਨ ਦੇ ਉੱਥੋਂ ਰੇਟ ਵਗੈਰਾ ਗਿਣਾ ਆਪਾਂ ਉੱਥੋਂ ਬੀ ਆਈਟਮ ਗਿਣੇ ਉਹਦਾ ਨਾਂ ਹੈ ਰਾਜਾ ਹੱਲ ਉਹ ਹੱਲ ਦਾ ਨਾਂ ਹੈ ਪਿਆ ਰਾਜਾ ਹੱਲ ਅਤੇ ਚੱਲਦੇ ਉਹ ਦੱਸਦੀ ਬਈ ਦੁਕਾਨ ਨਾਲ ਤਾਂ ਵੱਡੀ ਮਾਰਕੀਟ ਹੈ ਉਹਦੇ ਵਿੱਚ ਆਪਣਾ ਹੋਲਸੇਲ ਇਹ ਵੀ ਹੋਲਸੇਲ ਹੈ ਉਹ ਵੀ ਹੋਲਸੇਲ ਦੁਕਾਨ ਹੈ ਹੁਣ ਜਿੱਦਾਂ ਆਪਾਂ ਬਈ ਦੁਕਾਨ ਦੇ ਉੱਥੋਂ ਪਤਾ ਕਰਨਾ ਉਹਦਾ ਰੇਟ ਕਿਆ ਹੈ ਇਹਨਾਂ ਦਾ ਰੇਟ ਹੈ ਥੋੜ੍ਹਾ ਪ੍ਰਾਈਵੇਸੀ ਹੈ ਤਾਂ ਰੇਟ ਦੱਸਣਾ ਤੁਹਾਨੂੰ ਮੈਂ ਉਹ ਜੋ ਹੱਲ ਵੇਸੋ ਇੱਕ ਵਾਰੀ ਇਤਨਾ ਮਹਿੰਗਾ ਫਾਈਨਲੀ ਪਹੁੰਚ ਆਪਾਂ ਬਈ ਦੁਕਾਨ ਦੇ ਦੂਜੀ ਦੁਕਾਨ ਦੇ ਇੱਥੋਂ ਵੀ ਰੇਟ ਵਗੈਰਾ ਕਹਿਣੀ ਕਿਤੇ ਲੇਕਿਨ ਰਾਜਾ ਹਾਲ ਜਿਹੜਾ ਹੈ ਉਹ ਉਹਦੀ ਕਾਪੀ ਪਈ ਹੈ ਲੇਕਿਨ ਅਸਲ ਕਹਿਣੀ ਉਹ ਇਹ ਲਾਹੌਰੀ ਉਹ ਮਿਲਸੀ ਲਾਹੌਰ ਚੁਆ ਦਿਨ ਲੇਕਿਨ ਜਿਹੜੀ ਕਾਪੀ ਤਾਂ ਉਹਦੀ ਤਸਵੀਰ ਦਿਖਾ ਰਿਹਾ ਰਾਜਾ ਹਾਲ ਆ ਤੁਸੀਂ ਕਿਹੜਾ ਹੈ ਰਾਜਾ ਹਾਲ ਇਹਦੇ ਪਵੇ ਇੱਕ ਦੋ ਇਹ ਤਰੇ
त्रै फल एक राजा उनकी कापी है लेकिन वो चीज कह रही है चीज बही है लेकिन वो होता ही बिल्कुल राजा ना नाम से बाकी जरा हल वगैरह बाकी जरा हल वगैरह पिछले स्टोरेज पैन थे इतने कहने कह नहीं पैन लेकिन इतने कहने भी एक पे तो कुछ खा रहे पे थी इन्हें को रोटी वाटी पैन तो बड़ी दुकान भी दिखा है ना तो इन्हें को भी पे उ चीज पई है रेते पे हल हल पैंता है लेकिन चीज होंगी तरह भी है हल है लेकिन इंटर रेट उन्दे भी महंगा जरा पिछली दुकान पर देखे हैं रेते पे ना सामने उन्दू इंटर रेट ज्यादा ही पे देखो भी हल हैं भी हल हैं लेकिन उनका रेट कुछ इंटर रेट उन्दे ज्यादा है इतनी महंगाई हर चीज अपना पर रेट देखो अदू तो खैर ये पता केंद्र यार ये भी गेंद देने अपने यार ये भी कम है अपना ये अपने कम शुमार लेकिन जरा राजा वो मिलती लाहौर चुवा दें इतना क्या नहीं बाकी ये जरा हल दिखा भी जरा इन्ना को दुकान भी पिछली दुकान भी बाकी हम आप चलते पे दफ्तर ही चलते हैं यार क्यों उठे थे दफ्तर चलते हैं लेकिन शुएब कजन घर है अगर पता करना उन्होंने फोन कर घर जुलते हैं या दफ्तर जुलते हैं फिलहाल पहले फोन करें शुएब कजन को फाइनली आप जुलते पे दफ्तर शुएब कजन दफ्तर पहुंच गया लेकिन शुएब कजन क्यों फोन किया लेकिन वो गया यार लोधरा सुबह सुबह ना वो अपना घर कहना सुबह सुबह लोधरा चला गया तो लेकिन तो पता अगर कट्ठे आने ना तो वो लोधरा के कुछ समान वगैरह चाहे बार बार चला गया दफ्तर तो लेकिन जरा इन्होंने रेट कितन इन चीज़ों के हल वगैरह के तो यार सुन के ना पौ हैरान की थी कि पौ इतने महंगाई कमाल यार बस ये रेट भी आज देने पर कल तो रेट कह रहा सारे जो रेट आज इतने सबू या दिन कल नवा रेट हो सी क्योंकि असर अज के रेट तो बंद है पैसे जिनों तक कह नहीं सकते लेकिन कल जिन्होंने सौ रेट नवा उतना नसीब भाई जहाँ सस्ता भी चीज सकते या महंगा भी चीज सकते चलो खैर दफ्तर चलते वाले देखिए क्या बनती है फाइनली आप यूनिवर्सिटी चौक पहुँच चुके हैं अपने दफ्तर वाली साइड से ये यूनिवर्सिटी चौक भावलपुर तो अपना रोई मोटरसाइकिल ना सुबह सुबह लोधरा जो चक्कर ला दिया अगले दफ्तर पहुंचना दफ्तर पहुंचते लेकिन हम वाल चलते पे हैं कि आप चलते पे फरीदगढ़ बाजार मेन बाजार उतना कोई कम आ गया चलते हैं उतनी वाल कुछ समान वगैरह गिने तो समान भी गिने उतनी तो आपको भी इंजॉय माहौल शेयर मुहब्त वाली मंडे ने यार फाइनली पहुंचे फरीदगढ़ आप सामने गेट के अंदर इंटर देने पे हैं रश देते हैं रश कितना है देखो सामने आप गेट के अंदर इंटर थे मेन बाजार शाही बाजार पहुंच चुके हैं शही बाजार इंटर थी अंदर पहुंच चुके हैं भाई खड़े पर्सनल दुकान पर अभी दुकान देखने लेकिन शही बाजार मेन बाजार है भाई लेकिन अभी दुकान तो फतेह का बाजार ना तो इतु थोड़ा कि कोई थरमास कोई कप वगैरह तो कोई अपना गिलास लेकिन अपने को क्राफी का बर्तन प्लस चल रहा अपनी दुकान से भाई शीशे वगैरह कच वगैरह जो समान मिलते वालों इतु तो गिन भी कितने आप थरमास ते ए आले 12 गिलास कितन देखो चेक करो ते ए आले कितन आप कप छी ए छी कितन ए 12 कितन ए थरमास भी कितने ए त्रै आइटम अलाई कम आप इतना अमर दा शाही बाजार एक कम थी फाइनल तो जुलते वापसी दफ्तर एक कम ओके कर दे फाइनली वे समान वगैरह कहते दफ्तर भी पहुंचे थरमास आप घेने थरमास चाय भी कहने दफ्तर भी दीजिए मेहमान है अपने नौकरी लाया खुद भी पीती है लेकिन हम जुड़े पे आप गिरगन बाजार क्यों पड़े पे देते पे यूपीएस आप घेने ऐसे ना तो दस ने कल भी दस कल भी परसों आपका अगले दिन घेना ऐसे लेकिन चेंज करा हमने आप चलते पे कुछ चेंज करा हूँ शुएब कदन कुछ साढ़े मैं क्या रिले जुड़े यार थोड़ा मैं क्या मोटरसाइकिल चला मेहरबानी कर छी हवा लग जो पता देते दौड़े पाई तो लेकिन जुलता तो पाए अड़ी कर करते बाबा अजकल नवा यूट्यूबर है साड़ी हम गाल नहीं मिलता थोड़ी सुनता भी नहीं चलो हम मेहरबानी करो यार चलाओ जा कोई गाल नहीं यार बस इतने रेल खेने फायदा मैं चलो यार चलो आप गिरने फोन में जिता यूपीएस चलते ना गिर बाजार तो उतना ही तो इतना शोर है ना यार तो जुलने गिरने यूपीएस तो वो भी दिखेने शेयर करने ये तो कुछ खैसने वो महंगा है वो होमे चल रहे आप फाइनली आप पहुंच चुके हैं भावलपुर ग्रीन बाजार थोड़ा पहले यूपीएस चेंज करी उन्होंने थोड़ी गलत करी वाला पता यूपीएस खेन भी गिनू तो वाल मुहब्त शेयर में देने पे तो कुछ खेने जरा खिने पे भी है यूपीएस को मिजदा फाइनली आप यूपीएस गिदौने ये लड़े पे सामने ये पैक करने पे तो लेकिन ये है ट्रोन कंपनी का वो मिजदा कह नहीं कहता वो महंगा है बहुत ए ट्रोन TROON ट्रोन ए गत्ता ये यूपीएस पैक करो से इंडिया अपना केबल वगैरह भी पाड़ बच्चे केबल ये बेच पाया ठीक है ये केबल ही आ गई भैया भैया होती केबल ठीक है सही अच्छा ठीक हो गया पैक कर लो फाइनली मेरे व्यूअर यूपीएस पैक करा दे गिन दे लेकिन अब गिने तो होम में जाई लेकिन होम में जाकर नहीं किया थोड़ा महंगा है यार कोई लेकिन मैं ड्रोन तक गिन की दसे तो लेकिन यह भी कंपनी अच्छी है ये भी डबल बैटरी जब छवी बार लाए पिया आप हम जुड़े पे ए जी एस बैटरी दुकान से उसको गिनने बैटरी वगैरह का रेट जितना यूपीएस देते पे वो दिन बैटरी भी ना होवे आर्डर आ गया उसका रेट गिने बैटरी तो वो कितने देने
लेकिन आप पहुँच चुके हैं जस बैटरी दुकान भी ये सामने दुकान है बड़ा बोर्ड लगे सामने ये गड्डी दगू ला रहे ये थी ब्रेक ला रहे भी है क्या फाइनली बैटरी दुकान पर पहुँच तू भी रेट वगैरह कहने की दसे लेकिन इन्हें रेट सुन के दसे हाँ ठार की दसे हाँ यार चला मैं बुलावा बुलावा मोटरसाइकिल यार रेट बहुत महंगे यार हैवी रेट हैं यार इन्हें देने वाले भी खींचू रेट कहने की दसों चलते हैं दफ्तर वाल कार्ड वगैरह खींचे मैंने दुकान वाल जे गाल बन दिए सुचैन वाल जैन वाल इन्हें कार्ड दे रहे ला रहे बैटरी घंटे बाद दो घंटे बाद चाह खींचू नहीं तो वाल अल्लाह साहब ले दोनों फैन लिया दफ्तर अपने एक कमी फैन देखा चलते जुए नमाज पढ़ते जुए नमाज छुट्टिया कर सिर्फ 10 से 15 मिनट आने फाइनली आप दफ्तर पहुंच चुके हैं तो नमाज भी पढ़ने जुलते पे टाइम ठीक है नमाज का अजान थी चुकी है अल्हम्दुलिल्लाह पानी दाओ सत बिस्मिल्लाह कट्ठे नमाज पढ़ू जुहर दी लेकिन कैमरा वाल बंद वाल नमाज बाद दे अगली मीटिंग क्या दिया वेलकम बैक मेरे व्यूअर टाइम जीना पे 6:30 अल्हम्दुलिल्लाह पहुंच चुके हैं अपने घर लेकिन हम शेव वगैरह भी कराए वाल वगैरह सेट कराए तो लेकिन थैंक यू वीडियो का एंड उम्मीद करना है साड़ी वीडियो लगे तो साढ़े चैनल सब्सक्राइब करो सो बैल द बटन लाजमी दबसो लाजमी मिले बाकी मिलो नेक्स्ट वीडियो पाकिस्तान जिंदाबाद सरके जिंदाबाद अल्लाह हाफिज बाय कल इतवार दे छुट्टी दे कल इंशाल्लाह कहीं ना कहीं तो एंजॉय मोल जरूर करवे सो इंशाल्लाह हुन बाय।